ਹੈਲੋ ਦੋਸਤੋ ਮੋਸਟ ਵੈਲਕਮ ਮੌਕ ਟੈਸਟ ਦੇ 151 ਨੰਬਰ ਲੈਕਚਰ ਦੇ ਵਿੱਚ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਡੇਲੀ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਕਰੀਦੇ ਆ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਬਹੁਤ ਵਧੀਆ ਕੁਐਸਚਨ ਹੁੰਦੇ ਆ ਮੌਕ ਟੈਸਟ ਦੇ ਵਿੱਚ ਤਾਂ ਸਾਰੇ ਬੱਚੇ ਜ਼ਰੂਰ ਧਿਆਨ ਨਾਲ ਰੀਡ ਆਊਟ ਕਰ ਲਿਆ ਕਰੋ ਅੱਜ ਪੀਡੀਐਸ ਜਿਹੜੀਆਂ ਪੈਂਡਿੰਗ ਪਈਆਂ ਉਹ ਮਿਲ ਜਾਣਗੀਆਂ ਤੁਹਾਨੂੰ ਜਿਹੜੀਆਂ ਆਨਸਰ ਕੀਸ ਵੈਬਸਾਈਟ ਤੇ ਅਪਲੋਡ ਨਹੀਂ ਹੋਈਆਂ ਉਹ ਹੋ ਜਾਣਗੀਆਂ ਤਾਂ ਸ਼ੁਰੂ ਕਰਦੇ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਇੱਕ ਚੀਜ਼ ਜ਼ਰੂਰ ਦੱਸ ਕੇ ਜਾਇਓ ਰਿਸਪੌਂਸ ਠੀਕ ਹੈ ਲਾਈਕ ਸ਼ੇ ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਹੈ ਜਿਹੜਾ ਟਾਈਪ ਵਗੈਰਾ ਕਰਨ ਤੇ ਤਾਂ ਚਲੋ ਫਸਟ ਆਪਣੇ ਕੋਲ ਕੁਸਚਨ ਹੈ ਡੈਸ਼ ਨੇ ਸਤੀ ਪ੍ਰਥਾ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ Swami Dayanand Saraswati Raja Ram Mohan Roy Mahatma Gandhi Gopal Krishna Gokhale ਤੁਮਨੇ ਰਾਈਟ ਆਨਸਰ ਕੀ ਆਉਗਾ ਇਹਦਾ ਰਾਈਟ ਆਨਸਰ ਆਪਣੇ ਕੋਲ ਆਏਗਾ ਫਸਟ ਦਾ ਨੰਬਰ 2 ਰਾਜਾ ਰਾਮੋਹਨ ਰਾਇ ਨੇ ਠੀਕ ਹੈ ਨੈਕਸਟ ਚਲਦੇ ਹਾਂ ਹੇਠ ਲਿਖਿਆ ਵਿੱਚੋਂ ਕਿਹੜਾ ਸਥਾਨ ਮੁਗਲ ਰਾਜ ਦੇ ਦੀ ਨਹੀਂ ਸੀ ਕੇਰਲ ਉੱਤਰ ਪ੍ਰਦੇਸ਼ ਦਿੱਲੀ ਤੇ ਰਾਜਸਥਾਨ ਇਥੇ ਪ੍ਰਦੇਸ਼ ਆਏਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੰਜਾਬੀ ਟਾਈਪਿੰਗ ਦੇ ਵਿੱਚ ਇੰਨਾ ਜ਼ਿਆਦਾ ਟਾਈਮ ਤੇ ਵਰਕ ਲੱਗਦਾ ਤਾਂ ਥੋੜੇ ਬਹੁਤ ਜਿਹੜੇ ਹੁੰਦੇ ਆ ਇੱਧਰ ਉੱਧਰ ਹੋ ਜਾਂਦੇ ਆ ਤੇ ਜ਼ਰੂਰ ਧਿਆਨ ਰੱਖਿਆ ਕਰੋ ਮੈਂ ਤਾਂ ਹੀ ਨਾਲ ਦੇ ਨਾਲ ਕਲੀਅਰ ਕਰ ਦਿੰਨਾ ਤਾਂ ਆਪਣਾ ਰਾਈਟ ਆਨਸਰ ਆਏਗਾ ਨੰਬਰ 1 ਕੇਰਲ ਠੀਕ ਹੈ ਨੈਕ ਚਲਦੇ ਆ ਆਰੰਭਿਕ ਹੱਥ ਲਿਖਤ ਡੈਸ਼ ਤੇ ਲਿਖੀ ਜਾਂਦੀ ਸੀ ਜਿਹੜੀ ਆਰੰਭਿਕ ਹੱਥ ਲਿਖਤ ਹੁੰਦੀ ਸੀ ਮਤਲਬ ਜਿਹੜੇ ਹੈਂਡ ਰਾਈਟਡਸ ਹੁੰਦੇ ਸੀਗੇ ਸ਼ੁਰੂ ਹੋਣ ਤਾਂ ਜਿਵੇਂ ਡਿਜੀਟਲ ਹੋ ਗਏ ਤਾਂ ਪਹਿਲਾਂ ਕਾਦੇ ਤੇ ਲਿਖੇ ਜਾਂਦੇ ਸੀਗੇ ਜੈਤੂਨ ਦੇ ਪੱਤਿਆਂ ਤੇ ਤਾੜ ਦੇ ਪੱਤਿਆਂ ਤੇ ਨਾਰੀਅਲ ਦੇ ਪੱਤਿਆਂ ਤੇ ਅੰਬ ਦੇ ਪੱਤਿਆਂ ਦੇ ਆਪਣਾ ਰਾਈਟ ਆਨਸਰ ਕੀ ਆਏਗਾ ਨਾ ਰਾਈਟ ਆਨਸਰ ਆਏਗਾ ਆਪਣੇ ਕੋਲੇ ਨੰਬਰ 2 ਤਾੜ ਦੇ ਪੱਤਿਆਂ ਤੇ ਠੀਕ ਹੈ ਤਾੜ ਦੇ ਪੱਤਿਆਂ ਦੇ ਜਿਹੜੇ ਆਰੰਭਿਕ ਹੱਥ ਲਿਖਤ ਸੀ ਉਹ ਲਿਖੇ ਜਾਂਦੇ ਸੀਗੇ ਨੈਕਸਟ ਚਲਦੇ ਹਾਂ ਯੂਰਪ ਦੀਆਂ ਵਪਾਰਕ ਕੰਪਨੀਆਂ ਨੂੰ ਭਾਰਤ ਵੱਲ ਕਿਸ ਨੇ ਖਿੱਚਿਆ ਸੋਨਾ ਤੇ ਚਾਂਦੀ ਨੇ ਕਪਾਹ ਰੇਸ਼ਮ ਅਤੇ ਗਰਮ ਮਸਾਲੇ ਪੇੜ-ਪੋਦੇ ਅਤੇ ਪਸ਼ੂ-ਪੰਛੀ ਕੋੜੇ ਅਤੇ ਮੱਝਾ ਗਾਵਾਂ ਇੱਥੇ ਗੱਲ ਕੀਤੀ ਗਈ ਯੂਰਪ ਦੀਆਂ ਵਪਾਰਕ ਕੰਪਨੀਆਂ ਤੁਮਨ ਰਾਈਟ ਆਨਸਰ ਕੀ ਆਏਗਾ 4ਥਾ 4ਥਾ ਆਪਨੇ ਕੋ ਰਾਈਟ ਆਨਸਰ ਆਏਗਾ ਕਪਾਹ ਰੇਸ਼ਮ ਅਤੇ ਗਰਮ ਮਸਾਲਿਆਂ ਨੇ ਠੀਕ ਹੈ 4ਥਾ ਦਾ ਸੈਕਿੰਡ ਨੈਕਸਟ ਚਲਦੇ ਹਾਂ 5ਥਵਾਂ ਵਾਲ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਇਸ ਚੀਜ਼ ਨੂੰ ਧਿਆਨ ਚ ਰੱਖਿਓ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਹੈ 1870 1876 1883 1885 ਤੁਮਨ ਰਾਈਟ ਆਨਸਰ ਕੀ ਆਏਗਾ ਦਾ ਰਾਈਟ ਆਨਸਰ ਆਪਣੇ ਕੋਲ ਆਏਗਾ 1885 ਦੇ ਵਿੱਚ ਠੀਕ ਹੈ 1885 ਨੈਕਸਟ ਚਲਦੇ ਹਾਂ ਸਿੰਧ ਜਰਮਨ ਦਾਰਸ਼ਨਿਕ ਗਾਡ ਨੇ ਮਾਨਸਿਕ ਪ੍ਰਕਿਰਿਆ ਦੇ ਆਧਾਰ ਤੇ ਕਲਪਨਾ ਨੂੰ ਕਿੰਨੇ ਰੂਪਾਂ ਵਿੱਚ ਵੰਡਿਆ ਹੈ ਪੰਜਾਬੀ ਦੇ ਵੀ ਬਹੁਤ 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 ਇੰਪੋਰਟੈਂਟ ਕੁਸਚਨ ਹੈ ਇਹ ਕੁਐਸਚਨ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਬਹੁਤ ਰੇਅਰ ਕਿਤੇ ਹੋਣਗੇ ਬੱਚਿਆਂ ਨੇ ਤਾਂ ਚਲੋ ਦੱਸੋ ਇਹਦਾ ਕੀ ਆਏਗਾ 3 4 6 8 ਤਾਂ ਆਪਣਾ ਰਾਈਟ ਆਨਸਰ ਆਏਗਾ ਇਹਦਾ ਨੰਬਰ A ਠੀਕ ਹੈ ਉੜਾ 3 ਨੈਕਸਟ ਚਲਦੇ ਆ ਆਚਾਰਿਆ ਰਾਮ ਚੰਦ ਸ਼ੁਕਲ ਨੇ ਰੂਪ ਵਿਧਾਨ ਠੀਕ ਹੈ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਇਹਦਾ ਦੂਸਰਾ ਨਾਮ ਵੀ ਜਿਹੜਾ ਤੁਸੀਂ ਬਿੰਬ ਵਿਧਾਨ ਕਹਿ ਸਕਦੇ ਆ ਕੋਈ ਵੀ ਕੁਐਸਚਨ ਦੇ ਵਿੱਚ ਆ ਜਾਏ ਤਾਂ ਆਨਸਰ ਆਪਣਾ ਉਹੀ ਆਊਗਾ ਪਰਤਕ ਬਿੰਮ ਅਪਰਤਕ ਬਿੰਮ ਕਲਪਿਤ ਤੇ ਨੈਕਸਟ ਉਪਰੋਕਤ ਸਾਰੇ ਤੁਮਨੇ ਰਾਈਟ ਆਨਸਰ ਕੀਆ ਹੋਗਾ ਉਪਰੋਕਤ ਸਾਰੇ ਇਥੇ ਵੀ ਬਿੰਬ ਆਏਗਾ ਠੀਕ ਹੈ ਨੈਕਸਟ ਚਲਦੇ ਆ ਬਿੰਬ ਕੀ ਹੈ ਹੁਣ ਕਾਫੀ ਬੱਚੇ ਕਨਫਿਊਜ਼ ਹੋਣਗੇ ਕਿ ਬਿੰਬ ਦੀ ਗੱਲ ਕਰ ਰਹੇ ਆਂ ਤਾਂ ਬਿੰਬ ਹੈ ਕੀ ਉਹ ਵੀ ਆਪਾਂ ਕਨਫਿਊਜ਼ਨ ਦੂਰ ਕਰ ਦਿੰਨੇ ਆਂ ਤੁਮਨੇ ਰਾਈਟ ਆਨਸਰ ਕੀਆ ਹੋਗਾ ਇਹਦਾ ਕਿ ਕਵਿਤਾ ਵਿੱਚ ਅੱਖਰਾਂ ਦੀ ਗਿਣਤੀ ਕਵਿਤਾ ਦੀ ਭਾਸ਼ਾ ਦੇ ਸ਼ਬਦਾਂ ਦਾ ਕਾਰਜ ਬਿੰਬ ਕਿਸੇ ਕਵਿਤਾ ਵਿੱਚ ਸ਼ਬਦ ਚਿੱਤਰ ਹੁੰਦੇ ਆ ਕਵਿਤਾ ਵਿੱਚ ਸ਼ਬਦਾਂ ਅਤੇ ਧੁਨੀਆਂ ਦੀ ਨੋਖੀ ਚੜ੍ਹ ਦੁਆਰਾ ਸੋਹਜ ਪੈਦਾ ਕਰਦਾ ਹੈ। ਤੁਮਨੇ ਰਾਈਟ ਆਨਸਰ ਕੀਆ ਹੋਗਾ ਅੰਦਾ ਕਿ ਬਿੰਬ ਕਿਸੇ ਕਵਿਤਾ ਵਿੱਚ ਸ਼ਬਦ ਦੇ ਜਿਹੜਾ ਚਿੱਤਰ ਹੁੰਦੇ ਆ ਠੀਕ ਹੈ ਉਹਨੂੰ ਕੀ ਕਹਿੰਦੇ ਆ ਬਿੰਬ। ਨੈਕਸਟ ਚਲਦੇ ਆ 9ਵਾਂ 8ਵਾਂ ਦਾ ਆਪਣਾ ਸੀ ਸੀਗਾ। ਅਲੰਕਾਰ ਕੀ ਹੈ? ਮਾਰਕਸਵਾਦੀ ਪ੍ਰਣਾਲੀ, ਕਾਵ ਦਾ ਤਤ, ਕਵਿਤਾ ਦਾ ਪਰਿਯੋਜਨ ਤੇ ਸਾਹਿਤ ਦਾ ਰੂਪ। ਤੁਮਨੇ ਰਾਈਟ ਆਨਸਰ ਕੀ ਆਏਗਾ 9ਵਾਂ ਦਾ 9ਵਾਂ ਦਾ ਆਪਣੇ ਕੋਲ ਰਾਈਟ ਆਨਸਰ ਆਏਗਾ ਕਾਵ ਦਾ ਤਤ। ਅਲੰਕਾਰ ਕੀ ਹੈ ਕਾਵ ਦਾ ਤਤ ਨੈਕਸਟ ਚਲਦੇ ਹਾਂ 10th ਵਾਲ ਅਲੰਕਾਰ ਸਿਧਾਂਤ ਦਾ ਸੰਸਥਾਪਕ ਆਚਾਰੀਆ ਕੁਤਕ ਆਚਾਰੀਆ ਵਾਮਨ ਆਚਾਰੀਆ ਭਮ ਤੇ ਆਲ ਆਫ ਥੀਸ ਤਬ ਨਾ ਰਾਈਟ ਆਨਸਰ ਕੀ ਆਏਗਾ ਇਹਦਾ ਰਾਈਟ ਆਨਸਰ ਆਏਗਾ ਆਪਣਾ ਇਹਦਾ ਆਚਾਰੀਆ ਬਾਮ ਮੋਕ ਟੈਸਟ ਲਗਾ ਰਹੇ ਹਾਂ ਮੈਂ ਤੁਹਾਨੂੰ ਇਹ ਵੀ ਕਿਹਾ ਹੋਇਆ ਕਿ ਇਹ ਨਹੀਂ ਕਿ ਆਈ ਨੋ ਕਿ ਸਾਰੇ ਬੱਚੇ ਜਿਹੜੇ ਹੋਰ ਵੀ ਕਹਿ ਲੋ ਜਰੀਏ ਨਾਲ ਪੜਦੇ ਆ ਵੀਡੀਓਜ਼ ਦੇਖਦੇ ਹੋਣਗੇ ਹੋਰ ਵੀ ਕਿਤੇ ਜਾ ਕੇ ਕੋਈ ਇਸ਼ੂ ਨਹੀਂ पर ਜਿਹੜਾ ਮੌਕ ਟੈਸਟ ਹੈ ਜਿੰਨੀਆਂ ਵੀ ਵੀਡੀਓਜ਼ ਦੇਖ ਲਓ ਮੌਕ ਟੈਸਟ ਦੇ ਵਿੱਚ ਹਮੇਸ਼ਾ ਹੀ ਡਿਫਰੈਂਟ ਤੁਹਾਨੂੰ ਚੀਜ਼ ਦੇਖਣ ਨੂੰ ਮਿਲੂਗੀ ਇਹ ਮੈਂ ਦਾਅਵੇ ਨਾਲ ਇੱਕ ਗੱਲ ਕਹਿ ਸਕਦਾ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਜਿਹੜੀਆਂ ਬਾਕੀ ਵੀਡੀਓ ਦੇਖਦੇ ਹੋ ਉਹਨਾਂ ਨਾਲ ਹੀ ਰਲਦਾ ਮਿਲਦਾ ਹੋਊਗਾ ਹਮੇਸ਼ਾ ਹੀ ਡਿਫਰੈਂਟ ਕਾਈਂਡ ਆਫ ਚੀਜ਼ਾਂ ਮਿਲਣਗੀਆਂ ਮਿਲਣਗੇ ਸਿਲੇਬਸ ਦੇ ਅਕੋਰਡਿੰਗ ਤਾਂ ਤਾਈ ਤੁਹਾਨੂੰ ਮੈਂ ਕਹਿਣਾ ਰਹਿਣਾ ਮੌਕ ਟੈਸਟ ਨਾਲ ਛੱਡਿਓ ਨਿਮਨ ਵਿੱਚੋਂ ਗਲਤ ਸ਼ਬਦ pran usha aashirwad te aakanksha ਤੁਮਨ ਰਾਈਟ ਅਨਸਰ ਕੀ ਆਏਗਾ 11ਵਾਂ ਦਾ ਆਪਣੇ ਕੋ ਰਾਈਟ ਅਨਸਰ ਆਏਗਾ d ਦ ਠੀਕ ਹੈ ਆਕਾਂਖਾ नेक्स्ट चलते हैं निम्न में से कौन सा शब्द अशुद्ध है मिष्ठानन वाल्मिक पुष्टि प्रज्विलित अपना राइट आंसर की आएगा इनका बारहवीं का अपने को राइट आंसर आएगा सी पुष्टि ठीक है सी आंसर आएगा पुष्टि इनका क्या पुष्टि बनेगा नेक्स्ट चलते हैं निम्न में से कौन सा शब्द अशुद्ध है उपयुक्त ब्रह्मा मक्ति ग्रह तो इंदा इनका अपने, अपने को आएगा थर्टीन का अपने राइट आंसर आएगा सी क्योंकि इतने आएगा मुक्ति ठीक है नेक्स्ट चलते हैं निम्न में से कौन सा शब्द अशुद्ध है रविंद्र मंत्री शताब्द तहल्या अपना राइट आंसर की आएगा इंदा राइट आंसर आएगा फोर्टीन का अपने को आएगा अपने को सी शताब्दी आएगा इत ठीक है शताब्दी ਨੈਕਸਟ ਚਲਦੇ ਹਾਂ ਨਿਮਨ ਵਿੱਚੋਂ ਕੌਨ ਸਾ ਸ਼ਬਦ ਅਸ਼ੁੱਧ ਹੈ ਤਿਉਹਾਰ ਦੀ ਪਾਵਲੀ ਤ੍ਰਿਪੁਰਾਰੀ ਤੇ ਪ੍ਰਿਥਵੀ ਤੁਮਨ ਰਾਈਟ ਆਨਸਰ ਕੀ ਆਏਗਾ ਨਾ 15 ਦਾ ਆਪਣੇ ਕੋ ਰਾਈਟ ਆਨਸਰ ਆਏਗਾ ਤ੍ਰਿਪੁਰਾਰੀ ਸੀ ਆਨਸਰ ਆਏਗਾ ਤ੍ਰਿਪੁਰਾਰੀ ਨੈਕਸਟ ਚਲਦੇ ਹਾਂ ਪੋਜਨ ਨੂੰ ਖਾਰਿਬ ਨੌਂਦਾ ਹੈ ਲਾਰ ਜਿਹੜਾ ਬੁੱਕ ਪੈਨਕ੍ਰੀਐਟਿਕ ਐਂਜ਼ਾਈਮ ਤੇ ਕੋਈ ਵੀ ਨਹੀਂ ਤਾਂ ਆਪਣਾ ਰਾਈਟ ਆਨਸਰ ਕੀ ਆਏਗਾ ਇਹਦਾ ਹੋਏਗਾ ਪੈਨ ਕ੍ਰੀਏਟਿਕ ਐਂਜ਼ਾਈਮ 16 ਦਾ ਆਏਗਾ ਸੀ ਆਪਸ਼ਨ ਠੀਕ ਹੈ 16 ਦਾ ਸੀ ਆਪਸ਼ਨ ਆਏਗਾ ਆਪਣੇ ਕੋਲੇ ਨੈਕਸਟ ਚਲਦੇ ਆਂ ਜਿਗਰ ਵਿੱਚੋਂ ਕਿਹੜਾ ਰਸ ਨਿਕਲਦਾ ਹੈ ਪੈਨ ਕ੍ਰੀਏਟਿਕ ਰਸ ਪਿਤ ਰਸ ਲਾਰ ਤੇ ਪੈਪਟਿਕ ਐਸਿਡ ਤਾਂ ਆਪਣਾ ਰਾਈਟ ਆਨਸਰ ਕੀ ਆਏਗਾ ਇਹਦਾ 17 ਦਾ ਆਪਣੇ ਕੋਲੇ ਰਾਈਟ ਆਨਸਰ ਆਏਗਾ ਪਿਤ ਰਸ ਕੀ ਆਏਗਾ ਪਿਤਰਸ ਮੋਸਟ ਇੰਪੋਰਟੈਂਟ ਕੁਐਸਚਨ ਹੈ ਸਾਇੰਸ ਦੇ ਵੀ ਤਾਂ ਇਹ ਧਿਆਨ ਚ ਰੱਖਿਓ ਮੋਕ ਟੈਸਟ ਨੇ ਤੁਹਾਨੂੰ ਬਹੁਤ ਬੈਨੀਫਿਟ ਦੇਣਾ ਹੈ ਤੁਹਾਨੂੰ ਐਗਜ਼ਾਮ ਦੇ ਵਿੱਚ ਪਤਾ ਲੱਗੂਗਾ ਨੈਕਸਟ ਚਲਦੇ ਆ ਪੈਨਕ੍ਰੀਆਸ ਵਿੱਚੋਂ ਕਿਹੜਾ ਰਸ ਨਿਕਲਦਾ ਹੈ ਪਿਤਰਸ ਲਾਰ ਪੈਨਕ੍ਰੀਆਟਿਕ ਰਸ ਤੇ ਪੈਪਟਿਕ ਐਸਿਡ ਆਪਸ਼ਨਾਂ ਦੇਖੋ ਸੇਮ ਹੈ ਕੁਐਸਚਨਸ ਅਲੱਗ ਹੁੰਦੇ ਜਾ ਰਹੇ ਆ ਇਸ ਚੀਜ਼ ਨੂੰ ਧਿਆਨ ਚ ਰੱਖਿਓ ਇਹ ਵੱਧ ਤੋਂ ਵੱਧ ਕਨਫਿਊਜ਼ ਤੁਸੀਂ ਐ ਹੀ ਹੋਣਾ ਹੈ ਤਾਂ 18 ਦਾ ਆਪਣੇ ਕੋਲ ਰਾਈਟ ਆਨਸਰ ਕੀ ਆਏਗਾ 18 ਦਾ ਆਏਗਾ ਆਪਣੇ ਕੋਲੇ ਸੀ ਪੈਨਕ੍ਰੀਆਟਿਕ रस पेनक्रीसों निकलता है पेनक्रियाटिक रस नैक्सट चलते हैं नाइनटीन वाल, प्रोटीन का पाचन कौन करता है लार पित्त रस पेनक्रियाटिक रस ट्रिप ट्रिपासिन एनजाइम ठीक है तो मैं राइट आंसर की आएगा नाइनटीन का दा। नाइनटीन दा अपने को प्रोटीन का जो पाचन कौन करता है वो आएगा अपने कोन एनजाइम नैक्सट चलते हैं ट्वेंटीएथ वाल ਮੀਨਿੰਗ ਆਫ ਐਲਬੋ ਗਰੀਸ ਆਪਣੇ ਕੋਲ ਗੱਲ ਕੀਤੀ ਗਈ ਹੈ ਐਲਬੋ ਗਰੀਸ ਦਾ ਮਤਲਬ ਕੀ ਹੁੰਦਾ ਲੇਜੀ ਵਰਕਰ ਹਾਰਡ ਐਨਰਜੈਟਿਕ ਮੈਨੂਅਲ ਵਰਕ ਆਟੋਮੋਬਾਈਲ ਵਰਕਰ ਤੇ ਨਨ ਆਫ ਥੀਸ ਐਲਬੋ ਗਰੀਸ ਦਾ ਮਤਲਬ ਹੁੰਦਾ ਕੋਈ ਹਾਰਡ ਮਤਲਬ ਕੋਈ ਚੀਜ਼ ਕਰਨੀ ਠੀਕ ਹੈ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਫਿਰ ਹਾਰਡ ਐਨਰਜੈਟਿਕ ਮੈਨੂਅਲ ਵਰਕ ਖੁਦ ਕੋਈ ਕੰਮ ਕਰਨਾ ਹਾਰਡ ਜਿੰਨਾ ਵੀ ਹੋਵੇ ਜਿਵੇਂ ਮਜ਼ਦੂਰ ਕਹਿ ਲੋ ਉਹ ਐਲਬੋ ਗਰੀਸ ਨੈਕਸਟ ਚਲਦੇ ਆ ਮੀਨਿੰਗ of c i to i to agree fully not agree fully in a battlefield te angry ਤਾਂ ਮਨ ਰਾਈਟ ਆਨਸਰ ਕੀ ਆਊਗਾ ਕਿ ਆਈ ਟੂ ਆਈ ਸੀ ਕਰਨਾ ਕੀ ਹੁੰਦਾ ਹੈ ਕਿ ਜੇ ਮੰਨ ਲਓ ਕੋਈ ਗੱਲ ਕੀਤੀ ਗਈ ਹੈ ਤਾਂ ਉਹਦੇ ਨਾਲ ਪੂਰੀ ਤਰ੍ਹਾਂ ਕਹਿ ਲਓ ਐਗਰੀ ਕਰਨਾ ਠੀਕ ਹੈ ਤਾਂ ਮਨ ਰਾਈਟ ਆਨਸਰ ਫਿਰ ਕੀ ਆਏਗਾ ਟੂ ਐਗਰੀ ਫੁਲੀ मीनिंग ऑफ ਸੀ ਆਈ ਟੂ ਆਈ ਟੂ ਐਗਰੀ ਫੁਲੀ ਨੈਕਸਟ ਚਲਦੇ ਹਾਂ ਸਿਨੋਨੀਮ ਆਫ ਅਡੈਪਟ ਸਿਨੋਨੀਮ ਦੱਸਣਾ ਹੈ ਐਲਟਰ ਫੋਲੋ ਐਕਸਪਰਟ ਐਟ ਸਪਲਾਈ ਤਾਂ 22 ਸੈਕਿੰਡ ਦਾ ਆਪਣੇ ਕੋਲ ਕੀ ਆਏਗਾ ਡੈਪਟ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦੇ ਵਿੱਚ ਨਿਪੁੰਨਤਾ ਤਾਂ ਐਕਸਪਰਟ ਐਟ ਠੀਕ ਹੈ ਐਕਸਪਰਟ ਐਟ ਨੈਕਸਟ ਚਲਦੇ ਆ ਮੈਥਵਲ ਮੈਥ ਬੱਚੇ ਕਹਿੰਦੇ ਰਹਿੰਦੇ ਕਿ ਸੋਲਵ ਕਰਦੇ ਕਰੋ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਸਾਰੀਆਂ ਚੀਜ਼ਾਂ ਸਰ ਨੇ ਤੁਹਾਨੂੰ ਜਿਹੜੀਆਂ ਇੱਕ ਇੱਕ ਚੈਪਟਰ 1 1 ਆਰ ਦੇ ਵਿੱਚ ਵਿੱਚ ਕਿੰਨੇ ਕਿੰਨੇ ਕਨਸੈਪਟ ਕਲੀਅਰ ਕਰਾਏ ਹੋਏ ਆ ਤਾਂ ਪਲੇਲਿਸਟ ਦੇਖੋ जे फिर भी नहीं पता लग रहा तो ग्रुप के डिस्कशन कर लिया करो ग्यारह एक्स प्लस चौंह एक्स प्लस चुरंजा फाइंड की करना पाँ एक्स एक्स इक्वल टू टू और एक्स इक्वल टू थर्टी टू बाय इलेवन एक्स इक्वल टू टू और एक्स इक्वल टू माइनस थर्टी टू बाय इलेवन एक्स टू माइनस टू एक्स इक्वल टू थर्टी टू बाय थर्टीन एक्स टू माइनस फाइव और एक्स टू ट्वेंटी थ्री बाय तो अपना राइट आंसर की आएगा राइट आंसर आएगा अपने को एक्स इक्वल टू टू और एक्स इक्वल टू थर्टी टू बाई इलेवन ठीक है ए आंसर आएगा नेक्स्ट चलते हैं साइन थर्टी डिग्री प्लस कोस थर्टी डिग्री माइनस साइन सिक्सटी डिग्री प्लस कोस सिक्सटी डिग्री तबना आंसर की आएगा क्या माइनस वन जीरो वन या टू तरह राइट आंसर की आएगा अपने को ट्वेंटी फोर का अपने को राइट आंसर आएगा जीरो ठीक है ਕੀ ਆਏਗਾ 0 ਨੈਕਸਟ ਚਲਦੇ ਆ ਐਸ ਸੀ ਐਫ ਆਫ 48 92 ਐਂਡ 140 ਕੁਸਚਨ ਮਾਰਕ 08164 ਤੇ 2 ਆਮ ਨਾਲ ਇਹਦਾ ਰਾਈਟ ਆਨਸਰ ਕੀ ਆਏਗਾ ਐਸ ਸੀ ਐਫ ਦਾ ਆਪਣੇ ਕੋ ਰਾਈਟ ਆਨਸਰ ਆਏਗਾ ਫਿਰ ਇਹਦਾ 25th ਦਾ ਸੀ 4 ਠੀਕ ਹੈ ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਤੁਹਾਡਾ ਕੱਲ ਤੋਂ ਘੱਟ ਸਮੇਂ ਵੇਸ ਕੀਤਾ ਜਾਵੇ ਜਿਆਦਾ ਤੋਂ ਜਿਆਦਾ ਵੈਲਿਊ ਪ੍ਰੋਵਾਈਡ ਕੀਤੀ ਜਾਵੇ ਤੁਸੀਂ ਖੁਦ ਦੇਖਦੇ ਹੋ ਤانوں ਲਿਖਣ ਤੋਂ ਵੀ ਹੁਣ ਬੰਦ ਕਰਾਇਆ ਹੈ ਕਿ ਤੁਹਾਨੂੰ ਅਸੀਂ ਖੁਦ ਪੀਡੀਐਫ ਦੇ ਦਾਂਗੇ ਅਨਸਰ ਕੀ ਵੀ ਖੁਦ ਦੇ ਦਾਂਗੇ ਬਸ ਤੁਸੀਂ ਸਟੱਡੀ ਕਰਦੇ ਰਹੋ ਥੋੜੇ ਤੋਂ ਇੱਕ ਹੀ ਚੀਜ਼ ਮੰਗੀ ਹੈ ਹਮੇਸ਼ਾ ਰਿਸਪੌਂਸ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਸ਼ੇਅਰ ਕਰਨਾ ਹੈ ਜਿਹੜੇ ਸਾਡੇ 2 3 ਆਵਰਸ ਲੱਗਦੇ ਐ ਇੱਕ ਕਲਾਸ ਤੇ ਤਾਂ ਉਹਦਾ ਮੁੱਲ ਸਾਨੂੰ ਮੜ ਜੂ ਮੋਟੀਵੇਸ਼ਨ ਹੋ ਜਾਣਗੇ ਅਸੀਂ ਜਿਹੜਾ ਮੋਟੀਵੇਟ ਪੂਰੀ ਤਰ੍ਹਾਂ ਕਿ ਬੱਚਿਆਂ ਨੂੰ ਵਰਕ ਪਸੰਦ ਆ ਰਿਹਾ ਜੇ ਕੋਈ ਲੱਗੇ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਤਾਂ ਕਰਕੇ ਜਾਇਆ ਕਰੋ ਤਾਂ ਮਿਲਦੇ ਆਂ ਨੈਕਸਟ ਵੀਡੀਓਜ਼ ਦੇ ਵਿੱਚ ਬਹੁਤ ਬਹੁਤ ਧੰਨਵਾਦ